8 ਘੰਟੇ ਪ੍ਰੋਪਰ ਚੈਕਿੰਗ ਹੈ ਜੇ ਅਸੀਂ ਇੱਥੇ ਤੱਕ ਚਾਹੂਗਾ ਉਹਦੇ ਨਾਲ ਆਪਣਾ ਮੁਲਾਜ਼ਮ ਦੇ ਦਊਗਾ ਹੌਲਦਾਰ ਹੋ ਵੀ ਜਾਏ ਅਸੀਂ ਕੱਲ ਵਾਲਾ ਡਰਾਮਾ ਮੈਨੂੰ ਨਹੀਂ ਚਾਹੀਦਾ ਔਰ ਮੈਨੂੰ ਅੱਜ ਥਾਣਾ ਧਾਰੀਵਾਲ ਕਸਬਾ ਅਤੇ ਨਾਲ ਦੇ ਪਿੰਡਾਂ ਵਿੱਚ ਫਲੈਗ ਮਾਰਚ ਕੀਤਾ ਗਿਆ ਜਿਸ ਦੇ ਵਿੱਚ ਐਸ ਐਸ ਜੀ ਦੀ ਟੀਮ ਐਮ ਪੀ ਦੀ ਸਟੇਟ ਆਰਮਡ ਪੁਲਿਸ ਅਤੇ ਥਾਣਾ ਧਾਰੀਵਾਲ ਦੀ ਪੁਲਿਸ ਸ਼ਾਮਿਲ ਹੋਈ ਜਿਸ ਵਿੱਚ 75 ਜਵਾਨਾਂ ਨੇ ਆਪਣੇ ਫਲੈਗ ਮਾਰਚ ਵਿੱਚ ਹਿੱਸਾ ਲਿਆ ਅਤੇ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਬਿਨਾਂ ਕਿਸੇ ਭੈਅ ਦੇ